ਫਗਵਾੜਾ ਵਿਖੇ ਦੋ ਨੌਜਵਾਨਾਂ ਨੇ ਗੱਡੀ ਸਵਾਰ ਤਿੰਨ ਵਿਅਕਤੀਆਂ ਉੱਪਰ ਮਾਰਕੁੱਟ ਕਰਕੇ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਆਈਫੋਨ ਖੋਹ ਕੇ ਫਰਾਰ ਹੋਣ ਦੇ ਗੰਭੀਰ ਦੋਸ਼ ਲਗਾਏ ਨੇ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਦੀਪਕ ਕੁਮਾਰ ਵਾਸੀ ਢੱਕ ਪੰਡੋਰੀ ਅਤੇ ਉਸਦੇ ਦੋਸਤ ਹਰਮਨ ਨੇ ਦੱਸਿਆ ਕਿ ਉਹਨਾਂ ਨੇ OLX 'ਤੇ ਆਈਫੋਨ ਵੇਚਣ ਲਈ ਲਾਇਆ ਸੀ, ਜਿਸ ਤੋਂ ਬਾਅਦ ਗੱਡੀ ਸਵਾਰ ਤਿੰਨ ਨੌਜਵਾਨ ਜਿਨ੍ਹਾਂ ਨੇ ਫੋਨ ਖਰੀਦਣਾ ਸੀ ਵੱਲੋਂ ਆ ਕੇ ਇੱਕ ਦੁਕਾਨ 'ਤੇ ਫੋਨ ਚੈੱਕ ਕਰਵਾਇਆ, ਜਿਸ ਤੋਂ ਬਾਅਦ ਜਦੋਂ ਦੂਸਰੀ ਦੁਕਾਨ 'ਤੇ ਜਾ ਕੇ ਫੋਨ ਚੈੱਕ ਕਰਨ ਲਈ ਗੱਡੀ ਵਿੱਚ ਬੈਠੇ ਤਾਂ ਉਹਨਾਂ ਨੇ ਗੱਡੀ ਭਜਾ ਲਈ ਅਤੇ ਗੱਡੀ ਵਿੱਚ ਮਾਰਕੁੱਟ ਕੀਤੀ, ਜਿਸ ਤੋਂ ਬਾਅਦ ਹਰਮਨ ਨਾਮਕ ਨੌਜਵਾਨ ਨੂੰ ਚੱਲਦੀ ਗੱਡੀ ਵਿੱਚੋਂ ਸੁੱਟ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਵੀ ਜਲੰਧਰ ਰੋਡ 'ਤੇ ਸਥਿਤ ਹੱਡਾ ਰੋੜੀ ਕੋਲ ਸੁੱਟ ਦਿੱਤਾ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਉਹਨਾਂ ਪਾਸੋਂ ਆਈਫੋਨ ਅਤੇ 17,000 ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ, ਜਿਸ ਸੰਬੰਧੀ ਉਹਨਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਾਂਜੀ, ਕਿੱਥੇ ਰਹਿਣ ਵਾਲੇ ਹੈ? ਢੱਕ ਪੰਡੋਰੀ। ਸਰ, ਕੀ ਮਾਮਲਾ ਕੀ ਜਿਹੜਾ ਲਦੇ ਆਪਣਾ ਇੱਥੇ ਆਏ ਹੋ ਤੁਸੀਂ ਆਪਣਾ ਸਿਵਲ ਹੋਸਪਿਟਲ 'ਚ? ਮੈਂ ਫੋਨ ਵੇਚਣ ਲੱਗਾ ਸੀ। ਮੈਂ ਆਪਣਾ ਮੁੰਡੇ ਆਏ ਸੀ OLX 'ਤੇ ਵੇਚਿਆ, ਵੀ ਮੁੰਡੇ ਆਏ ਸੀਗੇ ਇੱਥੇ ਸ਼ੋਪ 'ਤੇ ਵੀ ਆਏ ਸਾਡੀ ਦੇ। ਤੁਹਾਡੀ ਸ਼ੋਪ ਆ? ਹਾਂਜੀ, ਕਾਹਦੀ ਹੈ ਸ਼ੋਪ? ਹੇਅਰ ਸਲੋਨ ਦੀ ਹੈ ਬਾਈ। ਕਿੱਥੇ ਹੈ ਸ਼ੋਪ? ਮੱਲਣ ਡੈਰੀ ਦੇ ਸਾਹਮਣੇ ਆਪਣੀ, ਸਿੰਗਲਾ ਮਾਰਕੀਟ 'ਚ। ਹਾਂਜੀ ਹਾਂਜੀ। ਫੋਨ ਸਾਡਾ ਦੇਖਣ ਦੇ ਬਹਾਨੇ ਉਹਨਾਂ ਨੂੰ ਲੈ ਗਏ ਉੱਥੇ, ਆਪਣੇ ਫੋਨ ਚੈੱਕ ਕਰਾਉਣ ਵਾਲੇ ਦੁਕਾਨ 'ਤੇ ਵੀ ਲੈ ਗਏ, ਉੱਥੇ ਦੁਕਾਨ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਦੁਕਾਨ 'ਤੇ ਲੈ ਕੇ ਚੱਲੇ ਸੀਗੇ। ਉੱਥੇ ਬਾਹਰ ਹਨੇਰੀ ਚੱਲਣ ਲੱਗ ਪਈ, ਉਹ ਕਹਿੰਦੇ ਗੱਡੀ ਸਾਡੀ 'ਚ ਬਹਿ ਜਾਓ, ਕੋਲ ਸਾਡੇ ਕੈਸ਼ ਸੀਗਾ 17,000 ਰੁਪਈਆ ਭਾਈ ਨੂੰ ਵੀ ਦੇਣ ਚੱਲੇ ਸੀਗੇ, ਉਹ ਨਾਲ ਹੀ ਸਾਨੂੰ ਗੱਡੀ ਘੁੰਮਾ ਲਈ ਫੋਨ ਦਿਖਾਉਣ ਦੇ ਚੈੱਕ ਕਰਾਉਣ ਦੇ ਬਹਾਨੇ, ਅਤੇ ਉਹਨੂੰ ਗੱਡੀ ਤੇਜ਼ ਕਰ ਲਈ। ਗੱਡੀ ਤੇਜ਼ ਕਰਕੇ ਸਾਨੂੰ ਨਾਲ ਦੋ ਮੁੰਡਾ ਮੇਰੇ ਨਾਲ, ਇੱਕ ਹਰਮਨ ਸੀ ਉਹਦੇ ਨਾਲ ਹੀ ਗਿਆ ਸੀ, ਉਹਨਾਂ ਨੇ ਗੱਡੀ ਤੇਜ਼ ਕਰਕੇ ਸਾਨੂੰ ਮਾਰਿਆ ਕੁੱਟਿਆ ਕਿੰਨਾ, ਉਹਨਾਂ ਨੂੰ ਗੱਡੀ 'ਚੋਂ ਧੱਕਾ ਦੇਖ ਕੇ ਛੱਡ ਦਿੱਤਾ। ਅਤੇ ਕਿਹੜੀ ਗੱਡੀ ਕੋਈ ਪਤਾ ਚੱਲਿਆ? ਗੱਡੀ ਚਿੱਟੇ ਰੰਗ ਦੀ ਗੱਡੀ ਸੀਗੀ, ਸਵਿਫਟ। ਕਿੰਨੇ ਵਿਅਕਤੀਆਂ ਨੇ ਆਏ ਸੀ? ਤਿੰਨ ਜਾਣੇ ਸੀਗੇ ਬਾਈ। ਕੋਈ ਨਾਮ ਵਗੈਰਾ ਹੈ? ਕੋਈ ਪਹਿਚਾਣ ਦੇ ਵਿੱਚ ਆਏ ਹੋਣ ਬੰਦੇ? ਭਾਈ ਪਤਾ ਨਹੀਂ। ਕੋਈ ਫੋਨ ਨੰਬਰ ਹੈ? ਹਾਂਜੀ। ਅਤੇ ਕੋਈ ਮੂੰਹ ਵਗੈਰਾ ਬੰਨ ਕੇ ਆਏ ਸੀਗੇ ਜਾਂ ਕਿੱਦਾਂ? ਨਹੀਂ, ਇੱਦੇ ਮੂੰਹ ਨਹੀਂ ਬੰਨੇ ਸੀਗੇ, ਇੱਦਾਂ ਸਿੰਪਲੀ ਸੀਗੇ ਜਿੱਦਾਂ ਹੈਗੇ। ਅਤੇ ਕਾਹਦੇ ਨਾਲ ਤੁਹਾਡੇ ਨਾਲ ਹਮਲਾ ਕੀਤਾ ਉਹਨਾਂ ਨੇ? ਹਮਲਾ ਉਹਨਾਂ ਦੇ ਕੋਲ ਰਿਵੋਲਵਰ ਸੀ, ਕਹਿੰਦੇ ਰਿਵੋਲਵਰ ਆ ਸਾਡੇ ਕੋਲ। ਅੱਛਾ ਜੀ। ਉਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਾਨੂੰ, ਉਹਨਾਂ ਦੇ ਨਾਲ ਮਾਰਿਆ, ਅੱਖ ਦੇ ਵਿੱਚ ਨਾਲ ਧੱਕੇ, ਛਾਤੀ 'ਚ ਮਾਰਿਆ। ਜਦੋਂ ਤੁਸੀਂ ਕਾਰ ਦੇ ਵਿੱਚ ਤੁਹਾਨੂੰ ਲੈ ਗਏ, ਫਿਰ ਤੁਹਾਨੂੰ ਕੀ ਕੀਤਾ ਉੱਥੇ? ਕਿੱਥੇ ਜਾ ਕੇ ਤੁਹਾਨੂੰ ਸਿੱਟਿਆ ਉਹਨਾਂ ਨੇ? ਕਾਰ ਸਾਨੂੰ ਉੱਥੇ ਲਵਲੀ ਦੇ ਪੌੜ ਤੋਂ ਗਾਂਹ ਜਾ ਕੇ ਹੱਡਾ ਰੋੜੀ ਕੋਲ ਸਿੱਟਿਆ ਦੋਨਾਂ ਨੂੰ। ਦੋਨਾਂ ਨੂੰ? ਹਾਂਜੀ। ਦੂਜੇ ਭਾਈ ਦਾ ਨਾਂ ਕੀ ਹੈ? ਦੂਜੇ ਭਾਈ ਦਾ ਹਰਮਨ। ਹਰਮਨ, ਤੁਸੀਂ ਇੱਕੋ ਹੀ ਪਿੰਡ ਦੇ ਆ? ਨਹੀਂ, ਮੈਂ ਇੱਥੋਂ ਢੱਕ ਪੰਡੋਰੀ ਦਾ। ਹਰਮਨ ਕਿੱਥੇ ਦਾ ਰਹਿਣ ਵਾਲਾ? ਹਰਮਨ ਈਸ ਪਰ ਦਾ। ਹੈਂ? ਈਸ ਪਰ ਦਾ। ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ? ਪੁਲਿਸ ਨੂੰ ਸ਼ਿਕਾਇਤ ਕਰਨੀ ਆ ਲਈ। ਹੈਂ? ਕਰਨੀ ਆ। ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਹਾਂਜੀ ਸਰ, ਕੀ ਮਾਮਲਾ ਕੀ ਜਿਹੜਾ? ਸਰ, ਮੇਰੇ ਕੋਲ ਦੋ ਕੇਸ ਆਏ ਹੈ ਅਲੈਜਡ ਹਿਸਟਰੀ ਆਫ ਅਸੋਲਟ ਦੇ ਨਾਲ, ਅਤੇ ਦੋਨਾਂ ਦਾ ਪਰਚਾ ਕੱਟ ਦਿੱਤਾ ਗਿਆ, ਦੋਨੋਂ ਪੇਸ਼ੈਂਟ ਸਟੇਬਲ ਹੈ। ਕੰਡੀਸ਼ਨ ਕਿੱਦਾਂ ਸਰ? ਸਰ ਠੀਕ ਹੈ, ਸਟੇਬਲ ਹੈ ਦੋਨੋਂ ਪੇਸ਼ੈਂਟ।